ਪੀਰ ਆਫ ਕਿਰਨ ਮੰਨੋਣੇ ਸਭ ਰੂਹਾਂ ਨੂੰ ਅਸਲਾਮ ਅਲੈਕਮ ਜੀ। ਤੁਸੀਂ ਦੇਖ ਰਹੇ ਹੋ ਫਕੀਰੀ ਰੰਗ ਚੈਨਲ, ਇੱਕ ਵਾਰ ਫਿਰ ਹਾਜ਼ਰ ਆਪ ਦੀ ਖਿਦਮਤ ਦੇ ਵਿੱਚ ਅੱਜ ਦੇ ਪੈਗਾਮ ਲੈ ਕੇ। ਅੱਜ ਦੇ ਇਸ ਪੈਗਾਮ ਦੇ ਵਿੱਚ ਆਪ ਦੇ ਨਾਲ ਗੱਲ ਸਾਂਝ ਕਰਾਂਗਾ ਕਿ ਕਿਸ ਪੀਰ ਤੋਂ ਮੰਗਣਾ ਅਤੇ ਸਾਨੂੰ ਮਿਲਦਾ ਹੈ, ਕਿਵੇਂ ਮੰਗੀਏ, ਕਿਸ ਤੋਂ ਮੰਗੀਏ ਜਿਹੜਾ ਸਾਨੂੰ ਮਿਲ ਜਾਵੇ। ਕੁਝ ਵੀ ਅਸੀਂ ਮੰਗਦੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ, ਕੁਝ ਵੀ ਅਸੀਂ ਮੰਗਦੇ ਹਾਂ ਅਤੇ ਉਹ ਸਾਨੂੰ ਕਈ ਵਾਰੀ ਮਿਲਦਾ ਅਤੇ ਕਈ ਵਾਰੀ ਨਹੀਂ ਮਿਲਦਾ। ਕਈ ਵਾਰੀ ਅਸੀਂ ਬਹੁਤ ਪਰੇਸ਼ਾਨ ਹੁੰਦੇ ਹਾਂ, ਦੁਖੀ ਹੁੰਦੇ ਹਾਂ ਕਿ ਸਾਨੂੰ ਜੋ ਅਸੀਂ ਮੰਗ ਰਹੇ ਹਾਂ ਉਹ ਸਾਨੂੰ ਮਿਲਿਆ ਨਹੀਂ, ਤਾਂ ਕਿਉਂ ਨਹੀਂ ਮਿਲਦਾ। ਉਹਦੇ ਬਾਰੇ ਅੱਜ ਦੇ ਪੈਗਾਮ ਵਿੱਚ ਆਪਦੇ ਨਾਲ ਗੱਲ ਸਾਂਝ ਕਰਾਂਗਾ। ਸੋ ਅੱਜ ਦਾ ਪੈਗਾਮ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼, ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ। ਆਓ ਅੱਜ ਦਾ ਪੈਗਾਮ ਸ਼ੁਰੂ ਕਰੀਏ ਉਸ ਖੁਦਾ ਦੇ ਨਾਂ 'ਤੇ ਜੋ ਹਰ ਇੱਕ 'ਤੇ ਮਿਹਰਬਾਨ ਔਰ ਨਿਗਹਿਬਾਨ ਹੈ। ਹੁੰਦਾ ਕੀ ਹੈ ਕਿ ਕਈ ਵਾਰੀ ਅਸੀਂ ਮੁਸੀਬਤ ਵਿੱਚ ਫਸੇ ਹੁੰਦੇ ਹਾਂ ਅਤੇ ਸਾਨੂੰ ਰਾਹ ਨਹੀਂ ਮਿਲਦਾ, ਅਤੇ ਫਿਰ ਅਸੀਂ ਕਹਿੰਦੇ ਹਾਂ ਵੀ ਕਿਸ ਪੀਰ ਤੋਂ ਮੰਗੀਏ, ਕਿਹੜਾ ਸਾਡੀ ਝੋਲੀ ਨੂੰ ਭਰੇ ਅਤੇ ਕਿਹੜਾ ਸਾਡਾ ਜਿਹੜਾ ਹੱਥ ਫੜ ਕੇ ਸਾਨੂੰ ਪਾਰ ਲਾਵੇ। ਹੁੰਦਾ ਕੀ ਹੈ ਕਿ ਸਭ ਤੋਂ ਜਿਹੜਾ ਵੱਡਾ ਕੰਮ ਆਪਾਂ ਕਰਨਾ ਹੁੰਦਾ, ਜਿਹੜਾ ਆਪਾਂ ਨਹੀਂ ਕਰਦੇ, ਕਿ ਜਦੋਂ ਵੀ ਆਪਾਂ ਕਿਸੇ ਤੋਂ ਮੰਗਣਾ ਉਹਦੇ ਵਿੱਚ ਆਪਣੇ ਮੁਰਸ਼ਿਦ ਪਾਕ ਦਾ ਆਪਾਂ ਹਵਾਲਾ ਦੇਣਾ, ਆਪਣੇ ਮੁਰਸ਼ਿਦ ਪਾਕ ਦੇ ਸਦਕੇ ਮੰਗਣਾ। ਜਦੋਂ ਆਪਾਂ ਕਿਸੇ ਦੇ ਹੋ ਜਾਂਦੇ ਹਾਂ ਅਤੇ ਉਹਨਾਂ ਦਾ ਵਿੱਚ ਵਾਸਤਾ ਦੇ ਕੇ ਕਿ ਮੇਰੇ ਮੁਰਸ਼ਿਦ ਦੇ ਸਦਕੇ ਮੈਨੂੰ ਜਿਹੜਾ ਇਹ ਜਿਹੜੀ ਚੀਜ਼ ਅਤਾ ਕੀਤੀ ਜਾਵੇ, ਤਾਂ ਫਿਰ ਉਹ ਸਰਕਾਰ ਵੀ ਦੇਖਦੇ ਨੇ ਕਿ ਬੰਦਾ ਮੁਰਸ਼ਿਦ ਵਾਲਾ ਹੈ ਅਤੇ ਇਹਦੇ ਆਪਣੇ ਮੁਰਸ਼ਿਦ ਦਾ ਵਾਸਤਾ ਪਾ ਰਿਹਾ ਹੈ ਅਤੇ ਮੁਰਸ਼ਿਦ ਦੇ ਸਦਕੇ ਇਹਨੂੰ ਮਿਲਣਾ। ਕਈ ਵਾਰ ਇੱਦਾਂ ਹੁੰਦਾ ਕਿ ਸਾਡੀ ਓਨੀ ਕਮਾਈ ਨਹੀਂ ਹੁੰਦੀ, ਸਾਡੀ ਓਨੀ ਪੜ੍ਹਾਈ ਨਹੀਂ ਹੁੰਦੀ ਕਿ ਸਾਨੂੰ ਦੁਆਵਾਂ ਕਰਨ 'ਤੇ ਵੀ ਕਈ ਵਾਰ ਨਹੀਂ ਮਿਲਦਾ, ਅਤੇ ਸਾਡੇ ਮੁਰਸ਼ਿਦ ਪਾਕ ਜਿਹੜੇ ਨੇ ਉਹਨਾਂ ਦਾ, ਉਹਨਾਂ ਦੀ ਬੰਦਗੀ, ਉਹਨਾਂ ਦੀ ਪੜ੍ਹਾਈ, ਉਹਨਾਂ ਦੀ ਉਹ ਜਿਹੜੀ ਇਬਾਦਤ ਹੈ ਉਹ ਇੰਨੀ ਹੁੰਦੀ ਹੈ ਕਿ ਉਹਨਾਂ ਦੇ ਸਦਕੇ ਫਿਰ ਕਈ ਵਾਰੀ ਸਾਨੂੰ ਅਤਾ ਕੀਤਾ ਜਾਂਦਾ। ਤਾਂ ਇਸ ਕਰਕੇ ਆਪਾਂ ਜਦੋਂ ਵੀ ਮੰਗਣਾ ਆਪਣੇ ਮੁਰਸ਼ਿਦ ਪਾਕ ਦੇ ਹਵਾਲੇ ਦੇ ਨਾਲ ਮੰਗ ਲਈਏ, ਤਾਂ ਆਪਾਂ ਵਾਸਤਾ ਦੇ ਦਈਏ ਸਰਕਾਰਾਂ ਦਾ, ਜਿਹੜੇ ਉਹਨਾਂ ਨੂੰ ਫਿਰ ਆਪਾਂ ਨੂੰ ਜਿਹੜੀ ਚੀਜ਼ ਮੰਗੀ ਹੈ ਉਹ ਕਈ ਵਾਰੀ ਮਿਲਦੀ ਹੈ। ਤਾਂ ਹਾਲਾਂਕਿ ਗੱਲ ਇਹ ਹੁੰਦੀ ਹੈ ਕਿ ਆਪਾਂ ਸਿਦਕ ਰੱਖ ਕੇ, ਯਕੀਨ ਰੱਖ ਕੇ ਆਪਾਂ ਸਰਕਾਰਾਂ ਦੇ ਉੱਤੇ ਕੋਈ ਵੀ ਦੁਆ ਬੇਨਤੀ ਕਰੀਏ ਕਿ ਮਾਲਕ ਨੇ ਮੇਰੀ ਝੋਲੀ ਭਰਨੀ ਹੈ, ਮਾਲਕ ਨੇ ਮੇਰੇ ਸਾਰੇ ਮਸਲੇ ਹੱਲ ਕਰਨੇ ਨੇ, ਤਾਂ ਉਹ ਫਿਰ ਹੋ ਜਾਂਦੇ ਨੇ। ਕਿਉਂਕਿ ਜਦੋਂ ਅਸੀਂ ਸ਼ੈਤਾਨ ਨੂੰ ਆਪਣੇ ਅਤੇ ਹੈ ਵੀ ਕਰ ਲੈਂਦੇ ਹਾਂ ਕਿ ਜੀ ਮੇਰਾ ਕੰਮ ਨਹੀਂ ਬਣਨਾ, ਜੀ ਮੇਰਾ ਹੋਣਾ ਹੀ ਨਹੀਂ, ਤਾਂ ਫਿਰ ਸ਼ੈਤਾਨ ਐਸਾ ਆਪਾਂ ਨੂੰ ਗਲਬਾ ਕਰਦਾ ਕਿ ਆਪਾਂ ਉਹ ਚੀਜ਼ ਜੇ ਹੋਣੀ ਵੀ ਹੈ ਤਾਂ ਵੀ ਸਾਡਾ ਦਿਮਾਗ ਕਹਿੰਦਾ ਕਿ ਨਹੀਂ ਹੋਣੀ। ਜਦੋਂ ਅਸੀਂ ਸਰਕਾਰਾਂ ਦੇ ਯਕੀਨ ਰੱਖ ਕੇ ਕੰਮ ਕਰਦੇ ਹਾਂ ਕਿ ਜੋ ਮਰਜ਼ੀ ਹੋ ਜਾਵੇ, ਇੱਧਰੋਂ ਉੱਧਰ ਹੋ ਜਾਵੇ, ਮਾਲਕ ਦਾ ਕਰਮ ਹੈ ਅਤੇ ਸਾਡਾ ਜਿਹੜਾ ਕੰਮ ਹੈ ਉਹ ਬਣਨਾ ਹੀ ਬਣਨਾ ਹੈ, ਤਾਂ ਫਿਰ ਉਹ ਸਾਡਾ ਹੋ ਜਾਂਦਾ। ਗੱਲ ਸਾਰੀ ਯਕੀਨ ਦੀ ਹੈ, ਗੱਲ ਸਾਰੀ ਸਿਦਕ ਦੀ ਹੈ। ਤੋ ਯਕੀਨ ਰੱਖਾਂਗੇ ਅਤੇ ਹਰ ਸਭ ਚੀਜ਼ ਮਿਲੇਗੀ, ਨਹੀਂ ਰੱਖਾਂਗੇ ਤਾਂ ਕੁਝ ਵੀ ਨਹੀਂ ਮਿਲਦਾ। ਤੋ ਆਸ ਕਰਦਾ ਕਿ ਅੱਜ ਦੇ ਪੈਗਾਮ ਵੀ ਕੁਝ ਸਿੱਖਣ ਮਿਲਿਆ ਹੋਵੇਗਾ। ਅੱਜ ਲਈ ਇੰਨਾ ਹੀ, ਜਲਦ ਹਾਜ਼ਰ ਹੋਵਾਂਗਾ ਨਵੀਂ ਵੀਡੀਓ ਨਾਲ। ਤਦ ਤੱਕ ਲਈ ਹੱਕ ਮੁਰਸ਼ਦ ਸੱਚ ਮੁਰਸ਼ਦ।